ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੀਵਰਸ, ਅੱਜ ਆਪਾਂ ਆਏ ਹਾਂ ਵਰਤਾਂ ਦੇ ਵਿੱਚ, ਨਵਰਾਤਰਿਆਂ ਦੇ ਵਰਤਾਂ ਦੇ ਵਿੱਚ ਖਾਣ ਵਾਲੇ ਆਲੂਆਂ ਦੀ ਰੈਸਪੀ ਲੈ ਕੇ। ਇਹਦੇ ਵਾਸਤੇ ਮੈਂ ਕੜਾਹੀ ਰੱਖ ਲਈ ਸੀਗੀ। ਕੜਾਹੀ ਦੇ ਵਿੱਚ 1.5 ਚਮਚ ਦੇਸੀ ਘਿਓ ਦਾ ਪਾ ਲਿਆ ਸੀ। ਪਾ ਕੇ ਕੋਲੋਂ ਆਲੂ ਉਬਾਲ ਕੇ ਉਹਨਾਂ ਨੂੰ ਛਿੱਲ ਕੇ ਅਤੇ ਕੱਟ ਲਏ ਸੀ ਆਪਾਂ, ਅਤੇ ਜਦੋਂ ਘਿਓ ਗਰਮ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਜੀਰਾ ਪਾ ਦੇਵਾਂਗੇ। ਜੀਰਾ ਚੰਗੀ ਤਰ੍ਹਾਂ ਜਦੋਂ ਵਧੀਆ ਚਟਕਿਆ ਤਾਂ ਫਿਰ ਜਿਹੜੇ ਆਪਣੇ ਕੋਲ ਉਬਲੇ ਹੋਏ ਆਲੂ, ਉਬਲੇ ਛਿੱਲੇ ਅਤੇ ਕੱਟੇ ਹੋਏ ਆਲੂ ਹੈ, ਉਹ ਆਪਾਂ ਪਾ ਦਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਵੀਵਰਸ, ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ। ਇਸ ਤਰ੍ਹਾਂ ਥੋੜ੍ਹੇ ਜਿਹੇ ਇਹਨਾਂ ਨੂੰ ਹਿਲਾ ਕੇ ਚੰਗੀ ਤਰ੍ਹਾਂ ਜਦੋਂ ਬਾਹਰੋਂ ਵੀ ਥੋੜ੍ਹੇ ਜਿਹੇ ਹਲਕੇ ਜਿਹੇ ਕ੍ਰਿਸਪੀ ਹੋ ਗਏ ਤਾਂ ਉੱਪਰ ਆਪਾਂ ਪਾ ਦੇਵਾਂਗੇ ਸੇਂਦਾ ਨਮਕ, ਥੋੜ੍ਹੀ ਜਿਹੀ ਹਲਦੀ ਪਾਊਡਰ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾਊਡਰ, ਤਾਜ਼ੀ ਕੁੱਟੀ ਕਾਲੀ ਮਿਰਚ। ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਤਾਂ ਉੱਤੇ ਥੋੜ੍ਹੀ ਜਿਹੀ ਪਾ ਲਵਾਂਗੇ ਆਪਾਂ ਲਾਲ ਮਿਰਚ ਦਾ ਪਾਊਡਰ। ਬਿਲਕੁਲ ਹਲਕੀ ਜੀ, ਜਿਹੜੀ ਖਾਣ ਦੇ ਵਿੱਚ ਥੋੜ੍ਹੀ ਜਿਹੀ ਟੇਸਟ ਵੀ, ਬਸ ਥੋੜ੍ਹਾ ਜਿਹਾ ਟੇਸਟ ਹੀ ਆਵੇ, ਜ਼ਿਆਦਾ ਤਿੱਖੀ ਨਾ ਹੋਵੇ, ਕਿਉਂਕਿ ਇਹਦੇ ਵਿੱਚ ਆਪਾਂ ਕਾਲੀ ਮਿਰਚ ਵੀ ਪਾਈ ਹੋਈ ਹੈ। ਤਾਂ ਲਓ ਜੀ, ਇਹ ਝਟਪਟ ਬਣਨ ਵਾਲੇ, ਬਿਲਕੁਲ ਜਲਦੀ, ਸਭ ਤੋਂ ਵਧੀਆ ਖਾਣ ਵਾਲਾ ਨਾਸ਼ਤਾ ਹੈ ਵਰਤਾਂ ਦੇ ਵਿੱਚ। ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਦੇਵਾਂਗੇ ਤਾਂ ਹੁਣ ਆਪਾਂ ਉੱਪਰ ਨਾ 2 ਚਮਚ ਸਫੇਦ ਤਿਲਾਂ ਦੇ ਲੈ ਲਾਂਗੇ, ਸੈਸਮੀ ਸੀਡਸ। ਤਾਂ 2 ਚਮਚ ਤਿਲਾਂ ਦੇ ਲੈ ਕੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉੱਪਰ ਸਪ੍ਰਿੰਕਲ ਕਰ ਦੇਵਾਂਗੇ। ਲਓ ਜੀ, ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਉੱਪਰ ਨੀਚੇ ਕਰਦੇ ਹੋਏ ਤਾਂ ਮਿਕਸ ਕਰ ਲਵਾਂਗੇ। ਮਿਕਸ ਕਰਕੇ ਤਾਂ ਹੁਣ ਆਲੂ ਆ ਜਿਹੜੇ ਆਪਣੇ ਝਟਪਟ, ਸਭ ਤੋਂ ਵਧੀਆ ਟੇਸਟੀ ਅਤੇ ਹੈਲਦੀ ਜਿਹਾ ਨਾਸ਼ਤਾ ਖਾਣ ਵਾਲਾ ਹੁੰਦਾ ਇਹ ਵਰਤਾਂ ਦੇ ਵਿੱਚ, ਬਿਲਕੁਲ ਜਲਦੀ ਬਣਨ ਵਾਲਾ। ਤਾਂ ਉੱਪਰੋਂ ਪਾ ਦੇਵਾਂਗੇ ਆਪਾਂ ਹਰਾ ਧਨੀਆ ਪਾ ਕੇ ਅਤੇ ਮਿਕਸ ਕਰ ਲਵਾਂਗੇ ਇਹਨੂੰ। ਲਓ ਜੀ, ਹਰਾ ਧਨੀਆ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਗੈਸ ਦੀ ਫਲੇਮ ਕਰਾਂਗੇ ਔਫ। ਤਾਂ ਇਹਨੂੰ ਆਪਾਂ ਕਿਸੇ ਕਟੋਰੀ ਵਿੱਚ, ਪਲੇਟ 'ਚ ਇਸ ਤਰ੍ਹਾਂ ਕੱਢ ਲਵਾਂਗੇ। ਇਹਨੂੰ ਕੱਢ ਕੇ ਅਤੇ ਉੱਪਰੋਂ ਆਪਾਂ ਨਿੰਬੂ ਨਿਚੋੜ ਲਵਾਂਗੇ। ਲਓ ਜੀ, ਨਰਾਤਿਆਂ ਦੇ ਵਿੱਚ ਖਾਣ ਵਾਲੇ ਵਧੀਆ ਟੇਸਟੀ ਆਲੂ ਆਪਣੇ ਕੋਲ ਤਿਆਰ ਹੈ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਅਤੇ ਜੇ ਜੋ ਵੀਵਰਸ ਮੇਰੇ ਚੈਨਲ 'ਤੇ ਪਹਿਲੀ ਵਾਰੀ ਵੀਡੀਓ ਵੇਖ ਰਿਹਾ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਮੇਰੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਪਹੁੰਚ ਸਕੇ। ਔਰ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।